प्यारे विद्यार्थियों गुड मॉर्निंग आज अपना पॉलिटिकल साइंस राजनीति शास्त्र ਦਾ ਲੈਕਚਰ ਹੈ लास्ट ਲੈਕਚਰ ਵਿੱਚ ਆਪਾਂ ਨੇ ਰਾਜ ਦੇ ਜ਼ਰੂਰੀ ਅਤੇ ਗੈਰ ਜ਼ਰੂਰੀ ਤੱਤਾਂ ਬਾਰੇ ਪੜਿਆ ਸੀ ਅੱਜ ਆਪਣਾ ਟੌਪਿਕ ਕੀ ਹੈਟ ਲਿਖੇ ਰਾਜ ਹਨ ਸੰਯੁਕਤ ਰਾਸ਼ਟਰ ਪਾਕਿਸਤਾਨ ਸੰਗਧੀਆਂ ਕਾਈਆਂ ਪ੍ਰਿਸ਼ਟ ਨੌ ਅਵਾਦੀਆਂ ਰਾਸ਼ਟਰ ਮੰਡਲ ਪਟਾਣ ਅੱਜ ਆਪਾਂ ਇਹਨਾਂ ਬਾਰੇ ਪੜਾਂਗੇ ਕਿ ਇਹ ਹੇਠ ਲਿਖੇ ਰਾਜ ਹਨ ਜਾਂ ਨਹੀਂ ਕਿਉਂਕਿ ਰਾਜ ਦੇ ਚਾਰ ਜ਼ਰੂਰੀ ਤੱਤ ਹਨ ਭੂਮੀ ਜਨਸੰਖਿਆ ਸਰਕਾਰ ਅਤੇ ਪ੍ਰਭੂਸੱਤਾ ਕਿਸੇ ਵੀ ਰਾਜ ਕੋ ਜੇਕਰ ਇਹ ਚਾਰੇ ਤੱਤ ਮੌਜੂਦ ਨੇ ਕਿਸੇ ਵੀ ਰਾਜ ਕੋਲ ਤਾਂ ਪੂਰਨ ਤੌਰ ਤੇ ਇੱਕ ਰਾਜ ਹੈ ਠੀਕ ਹੈ ਜੇਕਰ ਇਹਨਾਂ ਦੇ ਤੱਤਾਂ ਵਿੱਚੋਂ ਚਾਰੇ ਤੱਤਾਂ ਵਿੱਚੋਂ ਇੱਕ ਤੱਤ ਵੀ ਨਹੀਂ ਤਾਂ ਉਹ ਆਪਣੇ ਕੀ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ ਠੀਕ ਹੈ ਫਸਟ ਪੁਆਇੰਟ ਸੰਯੁਕਤ ਰਾਸ਼ਟਰ ਸੰਯੁਕਤ ਰਾਸ਼ਟਰ ਨੂੰ ਰਾਜ ਨਹੀਂ ਕਿਹਾ ਜਾ ਸਕਦਾ ਇਸ ਦਾ ਕਾਰਨ ਇਹ ਹੈ ਕਿ ਸੰਯੁਕਤ ਰਾਸ਼ਟਰ ਕੋਲ ਨਾ ਤਾਂ ਆਪਣੀ ਕੋਈ ਜਨਸੰਖਿਆ ਆਬਾਦੀ ਹੈ ਅਤੇ ਨਾ ਹੀ ਕੋਈ ਨਿਸ਼ਚਿਤ ਭੂਮੀ ਹੈ ਅਤੇ ਨਾ ਹੀ ਕੋਈ ਸਰਕਾਰ ਹੈ ਤੇ ਨਾ ਹੀ ਕੀ ਹੈ ਪ੍ਰਭੂਸત્તા ਹੈ ਸੰਯੁਕਤ ਰਾਸ਼ਟਰ ਇੱਕ ਅੰਤਰਰਾਸ਼ਟਰੀ ਸੰਘ ਹੈ ਇੱਕ ਸੰਸਥਾ ਦਾ ਨਾਮ ਹੈ ਸੰਯੁਕਤ ਰਾਸ਼ਟਰ ਇੱਕ ਇੱਛੁਕ ਅੰਤਰਰਾਸ਼ਟਰੀ ਸੰਘ ਹੈ ਜੋ ਕੁਝ ਉਦੇਸ਼ਾਂ ਦੀ ਪੂਰਤੀ ਲਈ 193 ਪ੍ਰਭੂਤਾਸ਼ਾਲੀ ਰਾਜਾਂ ਦੁਆਰਾ ਬਣਾਇਆ ਗਿਆ ਹੈ ਠੀਕ ਹੈ ਇਹ ਜਿਹੜੀ ਸੰਸਥਾ ਹੈ ਇਹਦੇ ਕੁਝ ਨਾ ਕੁਝ ਕੀ ਨੇ ਉਦੇਸ਼ ਨੇ ਜੋ ਵਿਸ਼ਵ ਦੇ ਵਿੱਚ 193 ਦੇਸ਼ ਨੇ 193 ਪ੍ਰਭੂਤਾਸ਼ਾਲੀ ਜਿਹੜੇ ਰਾਜਾਂ ਦੁਆਰਾ ਕੀ ਇਹ ਸੰਸਥਾ ਨੂੰ ਬਣਾਇਆ ਗਿਆ ਹੈ ਇਹਦਾ ਦਾ ਇਸ ਸੰਸਥਾ ਦਾ ਮੁੱਖ ਉਦੇਸ਼ ਵਿਸ਼ਵ ਦੇ ਵਿੱਚ ਸ਼ਾਂਤੀ ਦੀ ਸਥਾਪਨਾ ਪੈਦਾ ਕਰਨਾ ਅੱਤਵਾਦ ਨੂੰ ਖਤਮ ਕਰਨਾ ਆਰਥਿਕ ਸਮਾਜਿਕ ਸਥਿਤੀ ਬਣਾ ਕੇ ਰੱਖਣਾ ਆਪਸੀ ਰਾਜਾਂ ਦੇ ਵਿੱਚ ਮਿਲਵਰਤਨ ਦੀ ਭਾਵਨਾ ਬਣਾ ਕੇ ਰੱਖਣਾ ਇਹ ਸੰਯੁਕਤ ਰਾਸ਼ਟਰ ਕੀ ਹੈ ਇਹ ਸੰਸਥਾ ਦੇ ਮੁੱਖ ਕੀ ਨੇ ਉਦੇਸ਼ ਨੇ ਠੀਕ ਹੈ ਇਸ ਕਰਕੇ ਪੂਰਨ ਤੌਰ ਤੇ ਇਹ ਇੱਕ ਰਾਜ ਨਹੀਂ ਹੈ ਕਿਉਂਕਿ ਇਹਦੇ ਕੋਲੇ ਰਾਜ ਦੇ ਚਾਰੇ ਜੁੜੀ ਤੱਤ ਨਹੀਂ ਹੈਗੇ ਸੈਕੰਡ ਪੁਆਇੰਟ ਪਾਕਿਸਤਾਨ ਪਾਕਿਸਤਾਨ ਇੱਕ ਪੂਰਨ ਰਾਜ ਹੈ ਪਾਕਿਸਤਾਨ ਇੱਕ ਕੀ ਹੈ ਪੂਰਨ ਰਾਜ ਹੈ ਕਿਉਂਕਿ ਇਸ ਵਿੱਚ ਰਾਜ ਦੇ ਚਾਰੇ ਤੱਤ ਕੀ ਨੇ ਮੌਜੂਦ ਨੇ پاکستان ਕੋਲ ਆਪਣੀ ਆਬਾਦੀ ਹੈ ਆਪਣੀ ਨਿਸ਼ਚਿਤ ਭੂਮੀ ਹੈ ਆਪਣੀ ਸਰਕਾਰ ਹੈ ਅਤੇ ਉਸ ਕੋਲ ਬਾਹਰੀ ਅਤੇ ਅੰਦਰਲੀ ਗਿਆ ਪ੍ਰਭੂਸੱਤਾ ਹੈ ਇਸ ਕਰਕੇ ਪਾਕਿਸਤਾਨ ਇੱਕ ਕਸਪੂਰਨ ਰਾਜ ਹੈ ਨੈਕਸਟ ਸੰਗਧੀਆਂ ਇਕਾਈਆਂ ਕਿਸੇ ਸੰਗਧੀਆਂ ਇਕਾਈਆਂ ਪੂਰਨ ਰਾਜ ਨਹੀਂ ਬਣ ਸਕਦੀਆਂ ਠੀਕ ਹੈ ਕੋਈ ਵੀ ਜਿਹੜੀਆਂ ਸੰਗਧੀਆਂ ਇਕਾਈਆਂ ਹੁੰਦੇ ਨੇ ਉਹ ਪੂਰਨ ਤੌਰ ਤੇ ਰਾਜ ਨਹੀਂ ਬਣ ਸਕਦੀਆਂ ਕਿਉਂਕਿ ਇਨਾਂ ਕੋਲ ਆਪਣੀ ਕੀ ਪ੍ਰਭੂਸੱਤਾ ਨਹੀਂ ਹੁੰਦੀ ਮੰਨ ਲਓ ਭਾਰਤ ਆਪਣਾ ਭਾਰਤ ਦੀਆਂ ਵੀ ਇਹ ਸੰਗਧੀਆਂ ਇਕਾਈਆਂ ਨੇ 28 ਹੀ ਨੇ ਭਾਰਤ ਦੇ ਦੇ ਵਿਚ ਕੁਲ ਕਿੰਨੇ ਸਟੇਟਾਂ ਨੇ 28 ਸਟੇਟਾਂ ਨੇ ਇਨਾਂ ਕੋਲ ਕੀ ਹੈ ਆਪਣੀ ਸਟੇਟਾਂ ਮਤਲਬ 28 ਸਟੇਟਾਂ ਜਿਵੇਂ ਯੂਪੀ ਹੋ ਗਿਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਹ 28 ਕਿੰਨੇ ਆਪਣੀਆਂ ਸਾਰੀਆਂ ਸਟੇਟਾਂ ਨੇ ਇਨਾਂ ਕੋਲ ਸਾਰੇ ਕੀ ਹੈ ਆਪਣੀ ਆਬਾਦੀ ਵੀ ਹੈ ਆਪਣੀ ਨਿਸ਼ਚਿਤ ਭੂਮੀ ਵੀ ਹੈ ਅਤੇ ਆਪਣੀ ਸਰਕਾਰ ਵੀ ਹੈ ਪਰ ਇਨਾਂ ਕੋਲ ਕੀ ਹੈ ਪ੍ਰਭੂਸੱਤਾ ਨਹੀਂ ਹੈਗੀ ਠੀਕ ਹੈ ਪਰ ਇਨਾਂ ਕੋਲ ਪ੍ਰਭੂਸੱਤਾ ਨਾ ਹੋਣ ਕਾਰਨ ਇਹ ਪੂਰਨ ਰਾਜ ਨਹੀਂ ਕਹਾ ਸਕਦੀਆਂ ਭਾਵੇਂ ਅਮਰੀਕਾ ਅਤੇ ਭਾਰਤ ਦੀਆਂ ਕਾਇਆਂ ਨੂੰ ਰਾਜ ਦਾ ਨਾਮ ਦਿੱਤਾ ਗਿਆ ਹੈ ਪਰੰਤੂ ਪ੍ਰਭੂਸੱਤਾ ਦੀ ਅਣਹੋਂਦ ਕਾਰਨ ਉਹ ਅਸਲੀ ਅਰਥਾਂ ਵਿੱਚ ਕੀ ਰਾਜ ਨਹੀਂ ਹੈਗਾ ਮਨੁੱਖ ਜਿਵੇਂ ਆਪਣਾ ਆਪਣਾ ਰਾਜਕੀਏ ਭਾਰਤ ਹੈ ਭਾਰਤ ਕੋਲ ਕੀ ਹੈ ਚਾਰੇ ਤੱਤ ਨੇ ਆਪਣੀ ਭੂਮੀ ਵੀ ਹੈ ਜਨਸੰਖਿਆ ਵੀ ਹੈ ਸਰਕਾਰ ਵੀ ਹੈ ਤੇ ਪ੍ਰਭੂਸੱਤਾ ਵੀ ਹੈ ਐਵੇਂ ਹੁਣ ਆਪਣਾ ਕੀ ਹੈ ਪੰਜਾਬ ਵੀ ਕੀ ਹੈ ਭਾਰਤੀ ਸੰਘਾ ਕਾਈਆਂ ਨੇ 28 ਰਾਜਾਂ ਦੇ ਵਿੱਚੋਂ ਪੰਜਾਬ ਆਪਣਾ ਠੀਕ ਹੈ ਪੰਜਾਬ ਕੋਲ ਕੀ ਹੈ ਆਪਣੀ ਜਨਸੰਖਿਆ ਵੀ ਹੈ ਭੂਮੀ ਵੀ ਹੈ ਗਵਰਨਮੈਂਟ ਵੀ ਹੈ ਪਰ ਪੰਜਾਬ ਕੋਲ ਕੀ ਹੈ ਪ੍ਰਭੂਸੱਤਾ ਨਹੀਂ ਹੈਗੀ ਇਸ ਕਰਕੇ ਕੀ ਇੱਕ ਪੂਰਨ ਰਾਜ ਦਾ ਇਹਨੂੰ ਨਾਂ ਨਹੀਂ ਦਿੱਤਾ ਜਾਂਦਾ ਨੈਕਸਟ ਪੁਆਇੰਟ ਹੈਗਾ ਪ੍ਰਿਸ਼ਟ ਨੋ ਆਵਾਦੀਆਂ ਕੁਝ ਲੋਕ ਪ੍ਰਿਸ਼ਟ ਅਧਿਰਾਜ ਆਸਟ੍ਰੇਲੀਆ ਨਿਊਜ਼ੀਲੈਂਡ ਆਦ ਨੂੰ ਰਾਜ ਨਹੀਂ ਮੰਨਦੇ ਕਿਉਂਕਿ ਇਨ੍ਹਾਂ ਨੌ ਆਬਾਦੀਆਂ ਦੇ ਗਵਰਨਰ ਜਨਰਲ ਦੀ ਨਿਯੁਕਤੀ ਹੈ ਇੰਗਲੈਂਡ ਦੀ ਮਹਾਰਾਣੀ ਦੁਆਰਾ ਹੁੰਦੀ ਹੈ ਪਰੰਤੂ ਇਹ ਦੇਸ਼ ਕਿਉਂਕਿ ਆਪਣੇ ਅੰਦਰਲੇ ਤੇ ਬਾਹਰਲੇ ਮਾਮਲਿਆਂ ਵਿੱਚ ਸੁਤੰਤਰ ਹਨ ਠੀਕ ਹੈ ਅੰਦਰੂਨੀ ਤੌਰ ਤੇ ਵੀ ਤੇ ਬਾਹਰੀ ਤੌਰ ਤੇ ਵੀ ਕਿਹਨੇ ਉਹ ਆਜ਼ਾਦ ਨਹੀਂ ਆਪਣੀ ਰਾਜ ਦੇ ਵਿੱਚ ਵੀ ਤੇ ਬਾਹਰੀ ਤੌਰ ਤੇ ਵੀ ਬਾਹਰੀ ਮਤਲਬ ਕਿਸੇ ਵੀ ਦੇਸ਼ ਨਾਲ ਕੋਈ ਉਹ ਸੰਧੀ ਕਰ ਸਕਦੇ ਨੇ ਕੋਈ ਸਮਝੌਤਾ ਕਰ ਸਕਦੇ ਨੇ ਕਿ ਪੂਰਨ ਤੌਰ ਤੇ ਕਿਹਨੇ ਉਹ ਆਜ਼ਾਦ ਨਹੀਂ ਇਸ ਲਈ ਕੀ ਰਾਜ ਖਵਾ ਸਕਦੇ ਹਨ ਜਿੱਥੋਂ ਤੱਕ ਗਵਰਨਰ ਜਨਰਲਾਂ ਦੀ ਨਿਯੁਕਤੀ ਦਾ ਸਬੰਧ ਹੈ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਸ਼ਪਾਰਸ ਤੇ ਹੀ ਕੀਤੀ ਜਾਂਦੀ ਹੈ ਇਨ੍ਹਾਂ ਦੇਸ਼ਾਂ ਦਾ ਆਪਣਾ ਵੱਖਰਾ ਸੰਵਿਧਾਨ ਹੈ ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਵੀ ਹਨ ਇਹ ਕਿਸੇ ਸਮੇਂ ਵੀ ਗਵਰਨਰ ਜਨਰਲ ਦੀ ਪਦਵੀ ਨੂੰ ਖਤਮ ਕਰਕੇ ਗਨਰਾਜ ਦੀ ਸਥਾਪਨਾ ਕਰ ਸਕਦੇ ਹਨ ਇਸ ਲਈ ਇਨ੍ਹਾਂ ਦੇਸ਼ਾਂ ਕੋਲ ਰਾਜ ਦੇ ਕਿਹਨੇ ਚਾਰੇ ਤੱਤ ਮੌਜੂਦ ਹਨ ਅਤੇ ਇਹਨਾਂ ਨੂੰ ਰਾਜ ਕਹਿਣਾ ਕਿ ਹੈ ਉਚਿਤ ਹੈ ਨੈਕਸਟ ਪੁਆਇੰਟ ਰਾਸ਼ਟਰ ਮੰਡਲ ਰਾਸ਼ਟਰ ਮੰਡਲ ਇੱਕ ਅਜਿਹਾ ਸੰਘ ਹੈ ਜਿਸ ਦੇ ਮੈਂਬਰ ਆਪਣੇ ਸੁਤੰਤਰ ਦੇਸ਼ਾਂ ਜਾਂ ਉਪਨਿਵੇਸ਼ ਹਨ ਜੋ ਕਦੇ ਬ੍ਰਿਟਾਨਵੀ ਸਾਮਰਾਜ ਦੇ ਅਧੀਨ ਰਹੇ ਸਨ ਇਸ ਸੰਘ ਦੀ ਨਾ ਮਾਤਰ ਪ੍ਰਧਾਨ ਬ੍ਰਿਟਾਨੀਆਂ ਦੀ ਮਹਾਰਾਣੀ ਹੈ ਇਹ ਸੰਘ ਇਸ ਲਈ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਬ੍ਰਿਟਾਨੀਆਂ ਅਤੇ ਇਸ ਦੇ ਦਿਨ ਰਹਿ ਚੁੱਕੇ ਦੇਸ਼ਾਂ ਵਿੱਚ ਆਪਸੀ ਸਮੰਧ ਬਣੇ ਰਹਿਣ ਅਤੇ ਇਹ ਸਾਰੇ ਦੇਸ਼ ਅਤੇ ਇਹ ਸਾਰੇ ਦੇਸ਼ ਇੱਕ ਦੂਜੇ ਦੇ ਵਿਕਾਸ ਵਿੱਚ ਸਹਿਯੋਗ ਅਤੇ ਸਹਾਇਤਾ ਦੇ ਸਕਣ ਇਸ ਸੰਗ ਦਾ ਕੋਈ ਮੈਂਬਰ ਆਪਣੀ ਇੱਛਾ ਅਨੁਸਾਰ ਸੰਗ ਦੀ ਮੈਂਬਰੀ ਤਿਆਗ ਸਕਦਾ ਹੈ ਜਿਵੇਂ 1971 ਵਿੱਚ ਪਾਕਿਸਤਾਨ ਨੇ ਬ੍ਰਿਟਾਨੀਆ ਵੱਲੋਂ ਬੰਗਲਾਦੇਸ਼ ਨੂੰ ਮਾਨਤਾ ਦਿੱਤੇ ਜਾਣ ਦੇ ਵਿਰੁੱਧ ਰੋਸ ਪ੍ਰਗਟਾਉਣ ਲਈ ਰਾਸ਼ਟਰ ਮੰਡਲ ਦੀ ਮੈਂਬਰੀ ਛੱਡ ਦਿੱਤੀ ਸੀ ਪਰ ਕੁਝ ਸਮੇਂ ਬਾਅਦੋਂ ਪਾਕਿਸਤਾਨ ਰਾਸ਼ਟਰ ਮੰਡਲ ਦਾ ਫਿਰਕੀਆ ਮੈਂਬਰ ਬਣ ਗਿਆ ਸੀ ਪਰ ਰਾਸ਼ਟਰ ਮੰਡਲ ਕੁਝ ਸੰਤੰਤਰ ਰਾਜਾਂ ਦੀ ਇੱਕ ਛੁਗਾ ਸੰਗਾਇਕੀ ਸੰਸਥਾ ਦਾ ਨਾਮ ਹੈ ਇਸ ਨੂੰ ਕਿਸੇ ਪੱਖੋਂ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਰਾਜ ਦੇ ਚਾਰੇ ਤੱਤਾਂ ਵਿੱਚੋਂ ਇੱਕ ਤੱਤ ਵੀ ਇਸ ਕੋਲ ਨਹੀਂ ਹੈ ਇਹਦੇ ਕੋਲ ਨਾ ਤਾਂ ਆਪਣੀ ਕੋਈ ਭੂਮੀ ਹੈ ਨਾ ਹੀ ਆਪਣੀ ਗਵਰਨਮੈਂਟ ਹੈ ਨਾ ਹੀ ਆਪਣੀ ਜਨਸੰਖਿਆ ਹੈ ਨਾ ਹੀ ਪ੍ਰਭੂਸੱਤਾ ਹੈ ਇਹ ਸਿਰਫ ਇੱਕ ਰਾਸ਼ਟਰ ਮੰਡਲ ਕੁਝ ਸੰਤੰਤਰ ਰਾਜਾਂ ਦੀ ਇੱਕ ਛੁਕੀ ਹੈ ਸੰਗਮਣੀ ਹੋਈ ਇੱਕ ਸੰਸਥਾ ਬਣੀ ਹੋਈ ਹੈ ਨੈਕਸਟ ਪੁਆਇੰਟ ਹੈਗਾ ਪੁਟਾਨ ਪੁਟਾਨ ਇੱਕ ਪ੍ਰਭੂਸੱਤਾ ਸਪੰਨ ਰਾਜ ਹੈ ਇਹ ਇੱਕ ਗਿਆ ਪੂਰਨ ਰਾਜ ਹੈ ਇਹਦੇ ਕੋਲੇ ਰਾਜ ਦੇ ਸਾਰੇ ਲੋੜੀ ਦੇ ਤੱਤੀ ਸਕੂਲ ਨੇ ਇਹਦੇ ਕੋਲ ਆਪਣੀ ਭੂਮੀ ਹੈ ਆਪਣੀ ਜਨਸੰਖਿਆ ਹੈ ਆਪਣੀ ਗਵਰਨਮੈਂਟ ਹੈ ਅਤੇ ਪ੍ਰਭੂ ਸੱਤਾ ਹੈ ਇਸ ਕਰਕੇ ਪ੍ਰਭੂ ਪਟਾਣ ਕੇ ਇੱਕ ਪ੍ਰਭੂ ਸੱਤਾ ਸਪਨ ਰਾਜ ਹੈ 1971 ਤੋਂ ਪਟਾਣ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਚੱਲਿਆ ਆ ਰਿਹਾ ਹੈ ਕਿ ਮੈਂਬਰ ਬਣਿਆ ਹੋਇਆ ਸੰਯੁਕਤ ਰਾਸ਼ਟਰ ਸੰਗ ਦਾ ਜਿਹਦੇ 193 ਦੇਸ਼ ਕੀ ਨੇ ਮੈਂਬਰ ਬਣੇ ਹੋਏ ਨੇ ਅੱਜ ਦਾ ਆਪਣਾ ਲੈਕਚਰ ਸਮਾਪਤ ਹੁੰਦਾ ਹੈ ਥੈਂਕ ਯੂ ਧੰਨਵਾਦ